अमृतसर के कंपनी बाग के उस वेले अफड़ा तफड़ी मच गई जदों एक शक्की की सूचना मिलने के बाद पुलिस इत्थे पहुंच गई। वड्डी गिणती दे विच पुलिस बल अते डॉग स्क्वाड नूं वेख के लोग भी घबरा गए, जिन्हां नूं कंपनी बाग तों बाहर कढ़िया गया अते पुलिस ने लगभग 3 घंटे इत्थे गहराई दे नाल चैकिंग कीती। हालांकि पुलिस ने इस चैकिंग अभियान के दौरान कुछ भी बरामद नहीं होया। ਇਹ ਕੰਪਨੀ ਬਾਗ ਦੇ ਅੰਦਰ ਨਾ ਸਾਨੂੰ ਕੋਈ ਇਤਲਾਹ ਮਿਲਦੀ ਰਹਿੰਦੀ ਸੀ ਕਿ ਕੰਪਨੀ ਲਿਬਾਸ ਬੰਦੇ ਜਿਹੜੇ ਆ ਅਵਾਰਾ ਗਰਦ ਕਿਸਮ ਦੇ ਜਾਂ ਨਸ਼ੇੜੀ ਟਾਈਪ ਦੇ ਜਾਂ ਮੰਗਤੇ ਟਾਈਪ ਬੰਦੇ ਕਾਫੀ ਫਿਰਦੇ ਰਹਿੰਦੇ ਆ। ਉਹਨਾਂ ਦੇ ਸਰਚ ਅਭਿਆਨ ਚਲਾਇਆ ਗਿਆ ਸੀ ਅੱਜ ਸਵੇਰ ਕੰਪਨੀ ਬਾਗ ਨੂੰ ਸੀਲ ਕਰਕੇ, ਉਹ ਜਿਹੜੇ ਜਿੰਨੇ ਵੀ ਨਸ਼ੇੜੀ ਵਿਅਕਤੀ ਜਾਂ ਜਿਹੜੇ ਮੰਗਤੇ ਟਾਈਪ ਭਿਖਾਰੀ ਤੁਰੇ ਫਿਰਦੇ ਇੱਥੇ ਰਾਸ ਹੁੰਦੇ ਨੇ, ਉਹਨਾਂ ਨੂੰ ਰਾਊਂਡਅਪ ਕੀਤਾ ਤਾਂ ਉਹਨਾਂ ਵੈਰੀਫਿਕੇਸ਼ਨ ਕੀਤੀ ਜਾਏਗੀ। ਕਈ ਘੰਟਿਆਂ ਤੱਕ ਚੈਕਿੰਗ ਦੇ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਹਾਲਾਂਕਿ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜ਼ਰੂਰ ਕੀਤੀ ਗਈ ਹੈ। ਉਧਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਸੂਚਨਾ ਅਫਵਾਹ ਵੀ ਹੋ ਸਕਦੀ ਹੈ। ਅੰਮ੍ਰਿਤਸਰ ਤੋਂ ਮਨਦੀਪ ਸਿੰਘ ਦੀ ਰਿਪੋਰਟ।